ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਨੂੰ ਲੈ ਕੇ ਜਿੱਥੇ ਲਗਾਤਾਰ ਸਿਆਸਤ ਭਖੀ ਹੋਈ ਨਜ਼ਰ ਆ ਰਹੀ ਉੱਥੇ ਜੇ ਗੱਲ ਕੀਤੀ ਜਾਵੇ ਤੇ ਭਾਰਤ ਤੇ ਕੈਨੇਡਾ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਪੰਜਾਬ ਦੇ ਲੋਕ ਹੋਰ ਹੋਰ ਖੇਤਰਾਂ ਦੇ ਲੋਕ ਜਿਹੜੇ ਰਹਿੰਦੇ ਆ ਉਹਨਾਂ ਲੈ ਕੇ ਗੱਲਬਾਤ ਕਰਾਂਗੇ ਕਿ ਇਸ ਰਾਜਨੀਤੀ ਲੈ ਕੇ ਜੋ ਭਾਰਤ ਤੇ ਕੈਨੇਡਾ ਦੇ ਵਿਚਾਲੇ ਰਾਜਨੀਤੀ ਹੋ ਰਹੀ ਉਸ ਨੂੰ ਲੈ ਕੇ ਮੇਰੇ ਨਾਲ ਨੇ ਮਨਜੀਤ ਸਿੰਘ ਦਸੂਆ ਜੀ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹਲਕਾ ਇੰਚਾਰਜ ਫੋਰਡ ਮੋੜ ਤੋਂ। ਜੀਸਰ ਦੁਸਰਾ ਜੀ, ਪਹਿਲਾਂ ਫੈਕਟਰੀ ਨਿਊਜ਼ ਵੱਲੋਂ ਤੁਹਾਡਾ ਸਵਾਗਤ ਆ, ਔਰ ਕੀ ਕਹਿਣਾ ਚਾਹੋਗੇ ਲਗਾਤਾਰ ਜਿਹੜੀ ਇਹ ਸ਼ਬਦੀ ਜੰਗ ਹੋ ਰਹੀ ਹੈ ਔਰ ਲਗਾਤਾਰ ਸਿਆਸੀ ਪਾਰਟੀਆਂ ਵੱਲੋਂ ਜਿਹੜੇ ਬਿਆਨ ਚੱਲ ਰਹੇ ਆ ਕਿ ਭਾਰਤ ਦੇ ਕੈਨੇਡਾ ਦੇ ਵਿਚਾਲੇ ਜਿਹੜੀ ਇੱਕ ਰਾਜਨੀਤੀ ਚੱਲ ਰਹੀ ਹੈ? ਦੇਖੋ, ਇਹ ਜਿਹੜੀ ਸ਼ਬਦੀ ਜੰਗ ਚੱਲ ਰਹੀ ਹੈ ਕੈਨੇਡਾ ਤੇ ਇੰਡੀਆ ਦੇ ਵਿੱਚ, ਇਹ ਬੜੀ ਮੰਦਭਾਗੀ ਹੈ। ਕਿਉਂਕਿ ਇੰਡੀਆ ਦਾ ਔਰ ਕੈਨੇਡਾ ਦਾ ਜੇ ਦੇਖਿਆ ਜਾਵੇ ਤਾਂ ਆਪਸੀ ਬੜਾ ਅੱਛਾ ਪਿਛਲੇ ਸਮੇਂ ਦੇ ਵਿੱਚ ਤਾਲਮੇਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਰਹੇਗਾ। ਕਿਉਂਕਿ ਉੱਤੇ ਸਾਡਾ ਇੰਡੀਅਨ ਲੋਕ, ਮੈਂ ਇਕੱਲਾ ਪੰਜਾਬੀਆਂ ਦੀ ਗੱਲ ਨਹੀਂ ਕਰਾਂਗਾ, ਉੱਥੇ ਸਾਰੇ ਇੰਡੀਅਨ, ਹਿੰਦੂ, ਸਿੱਖ, ਮੁਸਲਮਾਨ ਸਾਰਾ ਭਰਿਆ ਪਿਆ ਕੈਨੇਡਾ। ਮੈਂ ਜਾ ਕੇ ਆਇਆ, ਉੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਪਰ ਇਹ ਸਮਝ ਨਹੀਂ ਆ ਰਹੀ ਵੀ ਇਹ ਕਿਉਂ ਇਸ ਤਰ੍ਹਾਂ ਦਾ ਮਸਲਾ ਜਿਹੜਾ ਇਹ ਉੱਠਿਆ। ਇਹ ਚਾਹੀਦਾ ਇਹ ਹੈ ਕਿ ਇਹਨੂੰ ਡਿਪਲੋਮੈਟਿਕ ਵੇ ਦੇ ਨਾਲ ਦੋਨਾਂ ਸਰਕਾਰਾਂ ਨੂੰ ਹੱਲ ਕਰਨਾ ਚਾਹੀਦਾ, ਨਾ ਕਿ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨੀ ਚਾਹੀਦੀ। ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਕਿ ਇਹ ਇੱਕ ਸਿੱਖ ਵਿਰੋਧੀ ਸਾਜ਼ਿਸ਼ ਰਚੀ ਜਾ ਰਹੀ ਹੈ ਜਾਂ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਕੀ ਲੱਗਦਾ ਕਿ ਇਹ ਜਿਹੜੇ ਸ਼ਬਦੀ ਵਾਰ ਜਿਹੜੇ ਵਾਰ ਵਾਰ ਦੋਵਾਂ ਸਰਕਾਰਾਂ ਉੱਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਵਿਰੋਧੀ ਪਾਰਟੀਆਂ ਵੱਲੋਂ? ਉਹਨੇ ਦੇਖੋ, ਐਵੇਂ ਆਪਾਂ ਜੋ ਮਰਜ਼ੀ ਕਹੀ ਜਾਈਏ, ਲੇਕਿਨ ਅਸਲੀਅਤ ਇਹ ਹੈ ਕਿ ਸਿੱਖਾਂ ਦਾ ਪੂਰੇ ਸੰਸਾਰ ਦੇ ਵਿੱਚ ਬੜਾ ਸਤਿਕਾਰ ਹੈ। ਮੈਂ ਅਮੈਰੀਕਾ ਦੇ ਵਿੱਚ 30 ਸਾਲ ਰਿਹਾ, ਉੱਥੇ ਵੀ ਸਿੱਖਾਂ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ, ਬੜਾ ਮਾਣ ਸਤਿਕਾਰ ਮਿਲਿਆ। ਤੇ ਹੁਣ ਤੇ ਸਿੱਖ ਬਹੁਤ ਵੱਡੀਆਂ ਬੁਲੰਦੀਆਂ ਨੂੰ ਛੂ ਗਏ ਨੇ ਪੂਰੇ ਵਰਲਡ ਦੇ ਵਿੱਚ ਹੀ। ਤੇ ਹੁਣ ਤੇ ਸਿੱਖਾਂ ਦੇ ਨਾਲ ਕੋਈ ਇਹੋ ਜਿਹੀ ਗੱਲ ਬਿਲਕੁਲ ਨਹੀਂ ਹੈ, ਬਿਲਕੁਲ ਹੀ ਪਹਿਲੇ ਵੀ ਨਹੀਂ ਸੀ ਆਇਆ, ਹੁਣ ਤੇ ਹੈ ਹੀ ਨਹੀਂ। ਐਵੇਂ ਬਦਨਾਮ ਕਰ ਰਿਹਾ ਇਹ ਪੋਲੀਟੀਕਲ ਐਡਵਾਂਟੇਜ ਲੈਣ ਵਾਸਤੇ, ਸਿਆਸੀ ਪਾਰਟੀਆਂ ਇਹੋ ਜਿਹੇ ਸ਼ੋਸ਼ੇ ਛੱਡਦੇ ਰਹਿੰਦੇ ਨੇ ਕਿ ਸਿੱਖਾਂ ਨਾਲ ਆ ਹੋ ਗਿਆ ਕੁਛ ਨਹੀਂ। ਸਿੱਖ ਉੱਥੇ ਬੜਾ ਵਧੀਆ ਆਪਣੇ ਕਾਰੋਬਾਰ ਕਰ ਰਹੇ ਨੇ, ਮੇਰਾ ਆਪਣਾ ਉੱਥੇ ਬੜਾ ਕਾਰੋਬਾਰ ਹੈ, ਸਾਰੇ ਅਸੀਂ ਸਹੀ ਸਲਾਮਤ ਉੱਥੇ ਕੰਮ ਕਰ ਰਹੇ ਹਾਂ। ਆ ਜਿਹੜਾ ਹੁਣ ਇੰਡੀਆ ਗੌਰਮੈਂਟ ਨੇ ਇਹ ਵੀਜ਼ੇ ਤੇ ਪਾਬੰਦੀ ਲਾਈ ਹੈ, ਇਹਦੇ ਨਾਲ ਸੋਚਣ ਵਾਲੀ ਗੱਲ ਬਣ ਗਈ ਹੈ ਕਿ ਇਹਦੇ ਨਾਲ ਜਿਹੜੇ ਸਾਡੇ ਉੱਥੇ ਪੰਜਾਬੀ ਬੈਠੇ ਹੈ ਉਹ ਵੀ ਦੁਬਿਧਾ 'ਚ ਫਸੇ ਹੋਏ ਨੇ, ਔਰ ਪਿੱਛੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹ ਵੀ ਬੜੇ ਪਰੇਸ਼ਾਨ ਨੇ ਵੀ ਇਹ ਪਤਾ ਨਹੀਂ ਹੁਣ ਕੀ ਬਣੇਗਾ। ਔਰ ਮੇਰੀ ਅਪੀਲ ਹੈ ਦੋਨਾਂ ਸਰਕਾਰਾਂ ਨੂੰ ਕਿ ਅਸੀਂ ਆਪਣੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹਨੂੰ ਡਿਪਲੋਮੈਟਿਕ ਵੇ ਦੇ ਨਾਲ ਹੱਲ ਕਰੀਏ। ਮਨਜੀਤ ਜੀ, ਜੇਕਰ ਗੱਲ ਕੀਤੀ ਜਾਵੇ, ਜੇਕਰ ਇਹ ਮਸਲਾ ਹੱਲ ਨਾ ਹੁੰਦਾ ਤਾਂ ਕਿਤੇ ਨਾ ਕਿਤੇ ਪੰਜਾਬੀਆਂ ਵਾਸਤੇ ਇੱਕ ਮੁਸੀਬਤ ਖੜੀ ਹੁੰਦੀ ਆ। ਕਾਰੋਬਾਰ ਦੀ ਗੱਲ ਕਰ ਲਈ ਜਾਵੇ ਜਾਂ ਬਹੁਤ ਸਾਰੇ ਬੱਚੇ ਜਿਹੜੇ ਆ ਕੈਨੇਡਾ 'ਚ ਸਟੱਡੀ ਬੇਸ ਜਾਂਦੇ ਆ ਜਾਂ ਉੱਥੋਂ ਆਉਂਦੇ ਆ, ਉਹਦੇ ਬਾਰੇ ਤੁਸੀਂ ਕਹਿਣਾ ਚਾਹੋ? ਦੇਖੋ, ਪੰਜਾਬੀਆਂ ਦਾ ਇੱਕ ਬੜਾ ਵੱਡਾ ਇਹਦੇ 'ਚ ਲੌਸ ਹੈ ਕਿ ਠੀਕ ਹੈ ਕਿ ਕੈਨੇਡਾ ਸਰਕਾਰ ਨੂੰ ਵੀ ਇਕਨੋਮਿਕਲੀ ਬੜੇ ਇਹਦਾ ਫਾਇਦਾ ਮਿਲਦਾ ਹੈ, ਪਰ ਉਹਦੇ ਨਾਲ ਇਹ ਦੇਖੋ ਤੁਸੀਂ, ਸਾਡੇ ਇੱਥੇ ਪੰਜਾਬ ਵਿੱਚ ਰੁਜ਼ਗਾਰ ਨਾ ਹੋਣ ਕਰਕੇ ਬਹੁਤ ਸਾਰੇ ਜਿਹੜੇ ਪੰਜਾਬੀ ਬੱਚੇ ਨੇ ਉਹ ਕੈਨੇਡਾ ਵੱਲ ਨੂੰ ਮੂੰਹ ਕਰ ਰਹੇ ਆ। ਕਿਉਂਕਿ ਉੱਥੇ ਦੋ ਗੱਲਾਂ ਨੇ, ਇੱਕ ਤੇ ਉੱਥੇ ਬੱਚਿਆਂ ਨੂੰ ਪੜ੍ਹਾਈ ਅੱਛੀ ਮਿਲ ਜਾਂਦੀ ਹੈ, ਇੱਕ ਉੱਥੇ ਜੌਬ ਦੇ ਪੂਰੇ ਚਾਂਸ ਨੇ, ਬੱਚਾ ਜੈਸੇ ਹੀ ਡਿਗਰੀ ਕਰਦਾ ਨਾਲ ਹੀ ਉਹਨੂੰ ਉੱਥੇ ਨੌਕਰੀ ਮਿਲ ਜਾਂਦੀ ਹੈ, ਉਹ ਚੀਜ਼ ਇੱਥੇ ਨਹੀਂ ਹੈ। ਪਰ ਜਦੋਂ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਤੇ ਜਿਹੜੇ ਬੱਚੇ ਤਿਆਰੀ ਕਰੀ ਬੈਠੇ ਨੇ, ਜੇ ਉਹਨਾਂ ਨੂੰ ਉਸ ਵਿਦ ਇਨ ਡਿਊ ਟਾਈਮ ਜੇ ਉਹ ਨਹੀਂ ਜਾਂਦੇ ਤੇ ਉਹਨਾਂ ਦਾ ਫਿਊਚਰ ਖਰਾਬ ਹੋ ਜਾਏਗਾ, ਔਰ ਉਹ ਇੱਥੇ ਫਿਰ ਬੇਰੁਜ਼ਗਾਰ ਫਿਰਨਗੇ, ਫਿਰ ਸਰਕਾਰ ਦੇ ਨਾਲ ਉਹ ਮੱਥਾ ਲਾਉਂਦੇ ਰਹਿਣਗੇ ਕਿ ਸਾਨੂੰ ਰੁਜ਼ਗਾਰ ਦਿਓ। ਸੋ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਆਪਣੇ ਲੋਕਾਂ ਨੂੰ ਕਿਵੇਂ ਸੈਟਿਸਫਾਈ ਕਰਨਾ, ਕਿੱਥੇ ਸੈਟਿਸਫਾਈ ਹੋ ਸਕਦੇ ਨੇ। ਮੰਨਿਆ ਜਾ ਸਕਦਾ ਕਿ ਸਾਡੇ ਕੋਲ ਪੰਜਾਬ 'ਚ ਇੰਨੇ ਰੁਜ਼ਗਾਰ ਦੇ ਸਾਧਨ ਨਹੀਂ ਹੈ, ਤੇ ਜੇ ਵਿਦੇਸ਼ਾਂ 'ਚ ਜਾ ਕੇ ਸਾਡੇ ਪੰਜਾਬੀ ਆਪਣੀ ਇੱਜ਼ਤ ਦੀ ਰੋਟੀ ਖਾ ਰਹੇ ਆ, ਤੇ ਸਰਕਾਰਾਂ ਨੂੰ ਵੀ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ, ਇਹੋ ਜਿਹੇ ਕਦਮ ਨਹੀਂ ਚੁੱਕਣੇ ਚਾਹੀਦੇ ਜਿਹਦੇ ਨਾਲ ਲੋਕਾਂ ਦਾ ਜਿਹੜਾ ਭਵਿੱਖ ਹੈ ਬੱਚਿਆਂ ਦਾ ਉਹ ਖਤਰੇ 'ਚ ਪਵੇ। ਜੇਕਰ ਸੋਚਿਆ ਜਾਵੇ ਤਾਂ ਇਹਦਾ ਕੀ ਹੱਲ ਨਿਕਲਣਾ ਚਾਹੀਦਾ ਹੈ, ਕਿਉਂਕਿ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਬਿਆਨ ਕੀਤੇ ਜਾ ਰਹੇ ਆ ਕਿਤੇ ਨਾ ਕਿਤੇ ਜਿਹੜੇ ਵੀਜ਼ਾ ਤੇ ਪਾਬੰਦੀ ਲਾਈ ਜਾ ਰਹੀ ਹੈ ਔਰ ਪੜ੍ਹਾਈ ਤੇ ਕਾਰੋਬਾਰ ਨੂੰ ਮਾਰ ਪੈ ਸਕਦੀ ਹੈ? ਕਿਉਂਕਿ ਵਿਰੋਧੀਆਂ ਦਾ ਤੇ ਕੰਮ ਹੁੰਦਾ ਹੈ ਕਿ ਮੁੱਦਾ ਮਿਲ ਜਾਵੇ ਤੇ ਉਹਨੂੰ ਬਾਤ ਦਾ ਪਤੰਗੜ ਬਣਾਉਣਾ, ਇਹ ਕੋਈ ਐਡਾ ਵੱਡਾ ਮੁੱਦਾ ਨਹੀਂ ਹੈ। ਕੈਨੇਡਾ ਵੀ ਬੜਾ ਇੰਟੈਲੀਜੈਂਟ ਔਰ ਲੋਕ ਨੇ ਉੱਥੇ ਦੇ ਬੜੇ, ਉੱਥੇ ਦਾ ਪ੍ਰਾਈਮ ਮਿਨਿਸਟਰ ਵੀ ਟਰੂਡੋ,
मिस्टर ट्रूडो बहुत इंटैलीजेंट है, साढ़े मोदी साहब भी यहोजे मसलों को बड़े हल कर समर्थ है ने। और वो जरूर यदा कोई ना कोई रस्ता लभण गए, बिच अमेरिका हैगा, अमेरिका इनवॉल्व होया, मैनू लगता कि बहुत छेती यदा हल हो जाएगा। बाकी विरोधियों ने तो जिदन हल हो गया फिर उन्होंने दूजे पासे लैके तुर पैना जी, गोडे टेक गए ने जी, आ कर गए ने, मतलब किसी पासे गल लोगों ने लगन नहीं देना। पर मैं आस करदा कि साडे देश के प्रधानमंत्री मोदी साहब इस मसले नू बड़े संजीदा तरीके नाल लैके हल करन। इहनू आर एस एस ते बीजेपी की शायद चाल जिहड़ी है रची जा रही है, लगता नहीं इहदे विच 2024 ते भी इस चीज का असर पै सकदा? नहीं, इहदे विच आर एस एस का जां बीजेपी का तो कोई हाथ ही नहीं, इह ते सीधी सरकारां की टक्कर है आपस च। हुण सरकार जे देखा जाए तो वह कल्ली बीजेपी जे इंडिया दे विच सरकार जिहड़ी उह साडी सारिआं दी सरकार है, ना कि कल्ली बीजेपी की सरकार है। असि भी बीजेपी आर एस एस नदनाम करी जाइए ये बिल्कुल गलत है, योजे बयानबाजी नहीं करनी चाहिए, ये भड़काट वही है। आपू इस मसले को शांतिपूर्वक तरीके ढंग करने वास्ते कोई विचार रखने चाहिए है, ना कि इनू भड़काट से लिया के होर वधाने की कोशिश की जाए, ये बहुत मंदभागी गल है। की हल निकलना चाहिए है दोवे देशों के प्रधानमंत्री ने, तुम की अपील करना चाहिए? देखो बड़े वे वे मसले जोड़े ने हल हो जाते हैं, ये कोई एडा वा मसला नहीं है अजे तक, क्योंकि जे ट्रूडो साहब ने इल्जाम लाए है तो जो शब्द कर जो उन्होंने कोई प्रूफ है ने इंडिया के खिलाफ तो टेबल तो रख लो जी, आज खिलाफ प्रूफ है ने, फिर वो सफाई जरा इंडिया दे इंडिया वो गल करे कितने गलती हुई है। पर जो कोई प्रूफ ही नहीं एवं हवा च गल छी जानिया तो वो कोई गल नहीं बनती हैगी, भी मसला हल हो जाएगा, कोई एडा वा नहीं है। मोदी साहब बड़े सियाने ने, सरकार ने यह मसला हल कर लेना, कोई यहोजी गल नहीं। सो सन मनजीत सिंह दसूआ जी जिन्होंने दोवे देशों के विचाले जी जंग चलती पई है और उसू लैके तलबी जंग शब्दी जवार जो चल रहे हैं और वीजा से जी पाबंदी लाई उस लैके गलबात की गई है। उन्हें कहा कि इस मसले को जिन्ना सुलझा लिया जाए उन्ना ही वधिया, जेकर दोवे देशों की गल की जाए तो दोवे देशों के प्रधानमंत्रियों को अपील की है कि इस बैठ के जरा हल किया जाए। तुम देखते रहो फैक्ट न्यूज़, मैं अमृतपाल सिंह बाजवा।